ਸਾਡੇ ਸਵੇਰੇ 7 ਵਜੇ ਦਾ ਪਾਠ ਪੈਣ ਲੱਗਿਆ ਪਿਆ, ਅਜੇ ਤੱਕ ਨਹਿਰੀ ਮਹਿਕਮੇ ਦਾ ਕੋਈ ਵੀ ਬੰਦਾ ਨਹੀਂ ਆਇਆ। ਪਾਠ ਦਾ 70 ਸਾਲ ਹੋ ਗਏ ਨਹਿਰ ਬਣੇ ਨੂੰ, ਅਜੇ ਤੱਕ ਕਦੀ ਰਿਪੇਅਰ ਨਹੀਂ ਹੋਈ ਹੈ, ਹੁਣ ਟ੍ਰੀਟਮੈਂਟ ਮੰਗ ਰਹੀ ਆ। ਇਹਦਾ ਟਾਈਮ ਲੰਘ ਚੁੱਕੇ, ਅੱਜ ਦੀ ਦੇਰ ਇਹਨੇ ਠੀਕ ਰਹਿਣਾ ਸੀ। ਮਹਿਕਮੇ ਕੋਲ ਜੇ ਬੰਦੇ ਰੱਖਣ ਨੂੰ ਨਹੀਂ ਹੈਗਾ ਤਾਂ ਨਹਿਰ ਨੂੰ ਬੰਦ ਕਰ ਦੇਣਾ। ਫਤਿਹਗੜ੍ਹ ਸਾਹਿਬ ਦੇ ਪਿੰਡ ਸਹਿਜਾਦਪੁਰ 'ਚ ਨਹਿਰ 'ਚ ਪਾੜ ਪੈਣ ਦਾ ਮਾਮਲਾ ਸਾਹਮਣੇ ਆਇਆ, ਜਿਸ ਕਾਰਨ ਇੱਥੋਂ ਦੇ ਲੋਕਾਂ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ। ਇਸ ਮੌਕੇ ਤੇ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪਿੰਡ 'ਚ ਪਿਛਲੇ 80 ਸਾਲ ਤੋਂ ਨਹਿਰ ਦੀ ਮੁਰੰਮਤ ਨਹੀਂ ਕਰਵਾਈ ਗਈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਅਤੇ ਉੱਥੇ ਹੀ ਉਹਨਾਂ ਰੱਬ ਦਾ ਸ਼ੁਕਰ ਕਰਦਿਆਂ ਕਿਹਾ ਕਿ ਨਹਿਰ ਵਿੱਚ ਪਾੜ ਦਿਨ ਵਿੱਚ ਪਿਆ, ਜੇਕਰ ਇਹ ਰਾਤ ਵੇਲੇ ਪਿਆ ਹੁੰਦਾ ਤਾਂ ਸਾਰਾ ਪਿੰਡ ਹੀ ਉਸ ਵਿੱਚ ਰੁੜ ਜਾਣਾ ਸੀ। ਕਿਹੜਾ ਪਿੰਡ ਹੈ ਜੀ? ਸਹਿਜਾਦਪੁਰ ਜੀ। ਇਹ ਨਹਿਰ ਕਿੱਥੇ ਹੁਣ? ਇਹ ਨਹਿਰ ਸਹਿਜਾਦਪੁਰ ਪਿੰਡ ਦੇ। ਕੀ ਗੱਲ ਹੋਈ ਹੈ? ਇਹ ਸਵੇਰ ਦਾ ਹੀ ਪਾੜ ਪਿਆ ਹੋਇਆ, ਕੋਈ ਬੰਦਾ ਅਜੇ ਪਹੁੰਚਿਆ ਨਹੀਂ ਹੈਗਾ ਮਹਿਕਮੇ ਦਾ। ਆਇਆ ਨਹੀਂ ਮਹਿਕਮਾ ਕੋਈ? ਮੈਂ ਪਾੜ ਨੂੰ ਕੌਣ ਭਰਨ ਲੱਗੇ ਹੋਏ ਨੇ? ਪਿੰਡ ਦੇ ਬੰਦੇ ਭਰ ਰਹੇ ਆ ਪਿੰਡ ਦੇ ਵਿੱਚ। ਨੁਕਸਾਨ? ਨੁਕਸਾਨ ਤਾਂ ਹੋਊਗਾ ਹੀ ਜੇ ਨਾਮ ਫਿਰ ਹੋ ਜਾਣਾ, ਜੇ ਨਾਮ ਹੋ ਜਾਇਆ। ਇਹ ਪਾੜ ਕਿੰਨਾ ਚਿਰ ਤੋਂ ਪਿਆ ਜੀ? ਇਹ ਸਵੇਰੇ 7 ਵਜੇ ਦੇਖਿਆ ਗਿਆ। ਕੀ ਮੰਗ ਕਰਦੇ ਪ੍ਰਸ਼ਾਸਨ? ਅਸੀਂ ਕਹਿੰਦੇ ਹਾਂ ਵੀ ਇਹ ਪਾੜ ਨੂੰ ਭਰਾਇਆ ਜਾਵੇ ਜਾਂ ਨਹਿਰ ਦੀ ਸਫਾਈ ਕਰੀ ਜਾਵੇ। 10-15 ਸਾਲ ਤੋਂ ਨਹਿਰ ਦੀ ਸਫਾਈ ਜਿਹੜੇ ਦਰਖਤ ਇਹਦੇ ਵਿੱਚ ਜੰਮ ਪਏ ਆ, ਉਹ ਪਾੜ ਪਾ ਦਿੰਦੇ ਆ ਸਾਰੇ ਦਰਖਤ ਨੇ ਵੀ ਹੈਗੇ। ਹਾਂਜੀ ਸਰਪੰਚ, ਕੀ ਨਾਂ ਤੁਹਾਡਾ ਜੀ? ਗੁਰਪ੍ਰੀਤ ਸਿੰਘ, ਸਰਪੰਚ ਸਹਿਜਾਦਪੁਰ। ਸਹਿਜਾਦਪੁਰ ਜੀ। ਸਾਡੇ ਸਵੇਰੇ 7 ਵਜੇ ਦਾ ਪਾੜ ਪੈਣ ਲੱਗਿਆ ਪਿਆ, ਅਜੇ ਤੱਕ ਨਹਿਰੀ ਮਹਿਕਮੇ ਦਾ ਕੋਈ ਵੀ ਬੰਦਾ ਨਹੀਂ ਆਇਆ। ਪੁਲਿਸ ਅਤੇ ਤਹਿਸੀਲਦਾਰ, ਨਾ ਕੋਈ ਤਹਿਸੀਲਦਾਰ ਆਇਆ, ਕਾਨਗੋ ਦੇ ਪਟਵਾਰੀ ਸਾਹਿਬ ਆਏ ਹੋਏ ਨੇ, ਇੱਕ ਦੋ ਮਹਿਕਮੇ ਦੇ ਬੰਦੇ ਆਏ ਬੇਲਦਾਰ, ਉਹ ਕਹਿੰਦੇ ਸਾਡੇ ਕੋਲ ਬੰਦੇ ਨਹੀਂ ਹੈਗੇ ਇਹ ਨਹਿਰ ਸਾਫ਼ ਕਰਾਉਣ ਵਾਸਤੇ। ਪਾੜ ਦਾ ਕੀ ਕਾਰਨ ਬਣਿਆ, ਕਾਹਦੇ ਪੈਸੇ? ਪਾੜ ਦਾ 70 ਸਾਲ ਹੋ ਗਏ ਨਹਿਰ ਬਣੇ ਨੂੰ, ਅਜੇ ਤੱਕ ਕਦੀ ਰਿਪੇਅਰ ਨਹੀਂ ਹੋਈ ਹੈ, ਹੁਣ ਟ੍ਰੀਟਮੈਂਟ ਮੰਗ ਰਹੀ ਆ। ਇਹਦਾ ਟਾਈਮ ਲੰਘ ਚੁੱਕੇ, ਅੱਜ ਨਹੀਂ ਦੇ ਰਹੇ ਨੇ ਠੀਕ ਰਹਿਣਾ ਸੀ। ਹੈ ਜੀ, ਇਹਦਾ ਸਾਰੀ ਨਹਿਰ ਦੀ ਰਿਪੇਅਰ ਹੋਣੇ ਵਾਲੀ ਹੈ। ਪਹਿਲਾਂ ਅਸੀਂ ਆਪਣੀ ਨਵੇਗਾ ਲਾ ਕੇ ਨਵੇਗਾ ਤੋਂ ਹੀ ਸਫਾਈ ਕਰਾਈ ਆ, ਅਤੇ ਅਸੀਂ ਬਹੁਤ ਔਖੇ ਨਵੇਗਾ ਦੇ ਵਿੱਚ ਉਹ ਸਾਨੂੰ ਮਹਿਕਮੇ ਨੇ ਕਹਿਤਾ ਵੀ ਜੇ ਕੋਈ ਬੰਦਾ ਹਟ ਗਿਆ ਤੁਹਾਡਾ ਨਵੇਗਾ ਦਾ ਤਾਂ ਅਸੀਂ ਕੋਈ ਤੁਸੀਂ ਜ਼ਿੰਮੇਵਾਰ ਹੋਵੋਗੇ। ਅਸੀਂ ਹਲਾਲਪੁਰ ਦੀ ਪੰਚਾਇਤ ਨੇ, ਸਹਿਜਾਦਪੁਰ ਦੀ ਪੰਚਾਇਤ ਨੇ ਆਪਣਾ ਆਪਣਾ ਪਾਸਾ ਕਰਾਇਆ। ਮਹਿਕਮੇ ਕੋਲ ਜੇ ਬੰਦੇ ਰੱਖਣ ਨੂੰ ਨਹੀਂ ਹੈਗਾ ਤਾਂ ਇਹਨੂੰ ਨਹਿਰ ਨੂੰ ਬੰਦ ਕਰ ਦੇਣਾ। ਇਹ ਅੱਜ ਸਵੇਰੇ ਸਾਡੇ ਪਿੰਡ ਸਹਿਜਾਦਪੁਰ ਅਤੇ ਹਲਾਲਪੁਰਾ ਦੇ ਨਹਿਰ ਦੇ ਵਿੱਚ ਭਾਰੀ ਤਕੜਾ ਕਾਫੀ ਪਾੜ ਪੈ ਗਿਆ ਨਹਿਰ ਦੇ ਵਿੱਚ, ਜੋ ਕਿ ਪਿੰਡ ਦੇ ਨਗਰ ਨਿਵਾਸੀਆਂ 4-5 ਪਿੰਡਾਂ ਦੇ ਲੋਕਾਂ ਨੇ ਆਪਣੇ ਆਪ ਇਹਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਵੇਰ ਦਾ ਹੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ, ਅਜੇ ਤੱਕ ਕੋਈ ਪ੍ਰਸ਼ਾਸਨ ਦਾ ਇੱਥੇ ਆਦਮੀ ਨਹੀਂ ਪਹੁੰਚਿਆ। ਅਤੇ ਜੇ ਇਹ ਪਾੜ ਨਹਿਰ ਟੁੱਟ ਜਾਂਦੀ ਜ਼ਿਆਦਾ ਤਾਂ ਇਹ 10-15 ਪਿੰਡਾਂ ਦਾ ਵਿੱਚ ਇੰਨਾ ਨੁਕਸਾਨ ਭਾਰੀ ਹੋਣਾ ਸੀ ਕਿ ਇਹ ਲੋਕਾਂ ਨੂੰ ਸੁੱਤੇ ਪੈਣਾ ਹੋਈ ਦੱਬ ਜਾਣਾ ਸੀ। ਇਹਦੇ ਝੋਨੇ ਦੀ ਫਸਲ ਪੱਕੀ ਹੋਈ ਹੈ? ਹਾਂਜੀ, ਫਸਲ ਤਿਆਰ ਹੈ, ਫਸਲ ਤਿਆਰ। ਹਾਂਜੀ ਹਾਂਜੀ, ਇਹ ਜਿਹੜੀ ਝੋਨੇ ਦੀ ਫਸਲ ਹੈ ਵੀ ਉਹ ਪੱਕੇ ਪੂਰੀ ਤਿਆਰ ਹੋਈ ਹੈ, ਫਸਲ ਦਾ ਵੀ ਬਹੁਤ ਭਾਰੀ ਨੁਕਸਾਨ ਹੋਣਾ ਸੀ ਅਤੇ ਆਮ ਜਨਤਾ ਦਾ ਨੁਕਸਾਨ ਹੋਣਾ ਸੀ। ਅਤੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਅਤੇ ਜੇ ਅਸੀਂ ਇਹਨਾਂ ਮਹਿਕਮੇ ਵਾਲ ਨੂੰ ਕਿਹਾ, ਉਹ ਕਹਿੰਦੇ ਨੇ ਸਾਡੇ ਕੋਲ ਕੋਈ ਬੇਲਦਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਸੀਂ ਗ੍ਰਾਮ ਪੰਚਾਇਤਾਂ ਨੇ ਮਨਰੇਗਾ ਲਾ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਇਹਦੇ ਵਿੱਚੋਂ ਕਬਾੜ ਕਢਾਇਆ ਜੀ। ਵੱਡੇ ਵੱਡੇ ਦਰਖਤ ਉੱਗੇ ਨਹਿਰ ਦੇ ਵਿੱਚ, ਸਾਰੇ ਪ੍ਰਸ਼ਾਸਨ ਨੂੰ ਕਿਹਾ, ਪਹਿਲਾਂ ਬੇਨਤੀ ਕੀਤੀ ਗਈ, ਬੜਾ ਨਹਿਰ ਕਦੇ ਵੀ ਟੁੱਟ ਸਕਦੀ ਹੈ ਵੀ ਇਹਨਾਂ ਇਹਦੇ ਵਿੱਚ ਜੰਗਲ ਉੱਗਿਆ ਹੈਗਾ, ਇਹ ਕੋਈ ਇਹਦੀ ਧਿਆਨ ਨਹੀਂ ਕਰਦਾ।
ਇਸ ਮਾਮਲੇ 'ਚ ਫਤਿਹਗੜ੍ਹ ਸਾਹਿਬ ਦੇ ਤਹਿਸੀਲਦਾਰ ਹਰਜਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਨਹਿਰੀ ਵਿਭਾਗ ਦੇ ਨਾਲ ਗੱਲਬਾਤ ਕੀਤੀ ਗਈ ਆ ਅਤੇ ਹੁਣ ਜਲਦ ਹੀ ਨਹਿਰ ਵਿੱਚ ਪਏ ਹੋਏ ਪਾੜ ਦੀ ਮੁਰੰਮਤ ਕਰਵਾਉਣਗੇ। ਸਵੇਰੇ ਤਕਰੀਬਨ 9 ਵਜੇ ਮੈਨੂੰ ਇਤਲਾਹ ਆਈ ਸੀ ਕਿ ਜੀ ਪਿੰਡ ਸਜਾਦਪੁਰ ਵਿੱਚ ਕਿਤੇ ਨਹਿਰ ਦੇ ਵਿੱਚ ਲਾਈਨਿੰਗ ਜਿਹੜੀ ਹੈਗੀ ਹੈ ਡੈਮੇਜ ਹੋ ਗਈ ਹੈ ਅਤੇ ਤੁਰੰਤ ਅਸੀਂ ਵੀ STO BML XEN BML ਨਾਲ ਵਾਰਤਾਲਾਪ ਕੀਤੀ ਅਤੇ ਉਹਨਾਂ ਵੱਲੋਂ ਸਾਨੂੰ ਦੱਸਿਆ ਗਿਆ ਕਿ ਕੰਟਰੈਕਟਰ ਜਿਹੜੇ ਹੈਗੇ ਨੇ ਲੇਬਰ ਲੈ ਕੇ ਹੁਣੀ ਤੁਰੰਤ ਪਹੁੰਚ ਰਹੇ ਨੇ, STO BML ਵੀ ਸਾਡੇ ਕੋਲ ਆ ਰਹੇ ਨੇ ਅਤੇ ਜਿਹੜੀ ਇਹਦੀ ਹੈਗੀ ਜੀ ਰਿਪੇਅਰ ਤੁਰੰਤ ਕਰ ਦਿੱਤੀ। ਉੱਥੇ ਹੀ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਵੱਲੋਂ ਪਿੰਡ ਦੇ ਸਹਿਯੋਗ ਨਾਲ ਨਹਿਰ ਵਿੱਚ ਪਏ ਹੋਏ ਪਾੜ ਨੂੰ ਬੰਦ ਕਰਨ ਦੇ ਲਈ ਮਿੱਟੀ ਨਾਲ ਭਰੇ ਹੋਏ ਥੈਲੇ ਲਗਾਏ ਜਾ ਰਹੇ ਨੇ ਅਤੇ ਪਿੰਡ ਵਾਲਿਆਂ ਵੱਲੋਂ ਮਿੱਟੀ ਦੀਆਂ ਟਰਾਲੀਆਂ ਵੀ ਭਰ ਕੇ ਲਿਆਂਦੀਆਂ ਜਾ ਰਹੀਆਂ ਨੇ। ਇੱਕਦਮ ਪਿੰਡ ਵਾਲਿਆਂ ਨੂੰ ਨਾਲ ਲੈ ਕੇ, ਸਾਰੇ ਆਲੇ ਦੁਆਲੇ ਦੇ ਪਿੰਡਾਂ ਨੂੰ ਨਾਲ ਲੈ ਕੇ ਥੈਲੇ ਭਰ ਕੇ ਲੋਕਾਂ ਨੇ ਟਰਾਲੀਆਂ ਲਿਆ ਕੇ ਮਿੱਟੀ ਦੀ ਸੇਵਾ ਕੀਤੀ, ਥੈਲੇ ਭਰ ਕੇ ਸੇਵਾ ਕਰ ਰਹੇ ਆ ਅਤੇ ਹੋਰ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਉਹ ਛੇਤੀ ਤੋਂ ਛੇਤੀ ਪਹੁੰਚਣ, ਆ ਕੇ ਸਾਡਾ ਸਹਿਯੋਗ ਦੇਣ ਤਾਂ ਕਿ ਕੋਈ ਗਲਤ ਘਟਨਾ ਨਾ ਵਾਪਰ ਸਕੇ। ਦੱਸ ਦਈਏ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਨਹਿਰ ਵਿੱਚ ਪਏ ਹੋਏ ਪਾੜ ਨੂੰ ਲੋਕਾਂ ਵੱਲੋਂ ਨਾ ਭਰਿਆ ਜਾਂਦਾ ਤਾਂ 15 ਪਿੰਡਾਂ ਦਾ ਨੁਕਸਾਨ ਹੋ ਜਾਣਾ ਸੀ। ਰਿਪੋਰਟ, ਸਪੋਕਸਮੈਨ TV।